اشهد ان لا اله الا الله وحده لا شريك له واشهد ان محمدا عبده ورسوله أما بعد فأعوذ بالله من الشيطان الرجيم بسم الله الرحمن الرحيم وعبدوا الله ولا تشركوا به شيئا وبالوالدين إحسانا وبذي القربى واليتامى والمساكين والجار ذي القربى والجار الجنب والصاحب والجار الجنب والصاحب بالجنب وابن السبيل وما ملكت أيمانكم إن الله لا يحب من كان مختالا فخورا سورة النساء آية 37 وَيُطْعِمُونَ الطَّعَامَ عَلَى حُبِّهِ مِسْكِينًا وَيَتِيمًا وَأَسِيرًا إِنَّمَا نُطْعِمُكُمْ لِوَجْهِ اللَّهِ لَا نُرِيدُ مِنْكُمْ جَزَاءً وَلَا شُكُورًا سورة الدهر آیت 9-10 ਸਤਿਕਾਰਯੋਗ ਪ੍ਰਧਾਨ ਸਭਾ ਅਤੇ ਮੇਰੇ ਮਾਣਯੋਗ ਸੱਜਣੋ, ਮੇਰੀ ਤਕਰੀਰ ਦਾ ਵਿਸ਼ਾ ਹਮਦਰਦੀ ਏ ਖਲਕ ਅਰਥਾਤ ਰੱਬ ਦੀ ਮਖਲੂਕ ਨਾਲ ਹਮਦਰਦੀ ਹੈ। ਮਾਣਯੋਗ ਸੱਜਣੋ, ਜਾਇਜ਼ ਕੰਮਾਂ ਵਿੱਚ ਰੱਬ ਦੀ ਮਖਲੂਕ ਦੀ ਸੇਵਾ ਅਤੇ ਉਸ ਦੀ ਸਹਾਇਤਾ ਨੂੰ ਖਿਦਮਤ ਖਲਕ ਕਿਹਾ ਜਾਂਦਾ ਹੈ, ਅਤੇ ਜੇਕਰ ਇਹੋ ਕੰਮ ਰੱਬ ਦੀ ਰਜ਼ਾ ਦੀ ਖਾਤਰ ਕੀਤੇ ਜਾਣ ਤਾਂ ਇਹ ਸੇਵਾ ਰੱਬ ਦੀ ਭਗਤੀ ਅਰਥਾਤ ਇਬਾਦਤ ਬਣ ਜਾਂਦੀ ਹੈ। ਰੱਬ ਦੀ ਮਖਲੂਕ ਨਾਲ ਮੁਹੱਬਤ ਅਤੇ ਪਿਆਰ ਅਤੇ ਲੋੜਵੰਦ ਇਨਸਾਨਾਂ ਦੀ ਸੇਵਾ ਦੀ ਮਹੱਤਤਾ ਨੂੰ ਹਰ ਦੌਰ ਵਿੱਚ ਮੰਨਿਆ ਗਿਆ ਹੈ, ਅਤੇ ਇਸ ਕੰਮ ਨੂੰ ਹਰ ਧਰਮ ਅਤੇ ਸਮਾਜ ਵਿੱਚ ਸ਼ਲਾਘਾਯੋਗ ਅਤੇ ਚੰਗੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪਰ ਇਸਲਾਮ ਧਰਮ ਨੇ ਤਾਂ ਰੱਬ ਦੀ ਮਖਲੂਕ ਦੀ ਸੇਵਾ 'ਤੇ ਬਹੁਤ ਜ਼ੋਰ ਦਿੱਤਾ ਹੈ। ਸੋ ਇਸਲਾਮ ਸੰਸਾਰ ਦਾ ਉਹ ਧਰਮ ਵਾਹਿਦ ਧਰਮ ਹੈ ਜਿਹੜਾ ਭਲਾਈ ਅਤੇ ਰਹਿਮਤ, ਹੁਸਨੇ ਸਲੂਕ ਅਤੇ ਖੈਰ ਖੁਆਹੀ 'ਤੇ ਬਹੁਤ ਜ਼ੋਰ ਦਿੰਦਾ ਹੈ, ਅਤੇ ਰੱਬ ਦੀ ਮਖਲੂਕ ਦੀ ਸੇਵਾ ਹੀ ਇਸ ਦਾ ਖਾਸ ਨਿਸ਼ਾਨ ਹੈ। ਇਹੋ ਕਾਰਨ ਹੈ ਕਿ ਇਸ ਧਰਮ ਨੂੰ
ਭਲਾਈ ਅਤੇ ਇਸ ਦੇ ਖੁਦਾ ਨੂੰ ਰਹਿਮਾਨ ਅਤੇ ਰਹੀਮ ਅਤੇ ਇਸ ਦੇ ਪੈਗੰਬਰ ਨੂੰ ਸਾਰੇ ਜਹਾਨਾਂ ਲਈ ਰਹਿਮਤ ਕਰਾਰ ਦਿੱਤਾ ਗਿਆ। ਮੇਰੇ ਮਾਣਯੋਗ ਸੱਜਣੋ, ਖਿਦਮਤ ਖਲਕ ਰੱਬ ਦੀ ਮੁਹੱਬਤ, ਈਮਾਨ ਦੀ ਰੂਹ ਅਤੇ ਦੋਵੇਂ ਜਹਾਨਾਂ ਵਿੱਚ ਇੱਜ਼ਤ ਮਾਣ ਅਤੇ ਸਤਿਕਾਰ ਹਾਸਿਲ ਕਰਨ ਦਾ ਜ਼ਰੀਆ ਹੈ। ਅਰਥਾਤ ਲੋਕਾਂ ਦੀ ਸੇਵਾ ਕਰਨ ਵਾਲੇ ਨੂੰ ਰੱਬ ਇਸ ਸੰਸਾਰ ਵਿੱਚ ਵੀ ਇੱਜ਼ਤ ਮਾਣ ਅਤੇ ਸਤਿਕਾਰ ਦਿੰਦਾ ਹੈ ਅਤੇ ਉਸ ਸੰਸਾਰ ਵਿੱਚ ਵੀ ਇੱਜ਼ਤ ਅਤੇ ਸਵਰਗ ਬਖਸ਼ੇਗਾ। ਕੇਵਲ ਮਾਲ ਰਾਹੀਂ ਲੋਕਾਂ ਦੀ ਸੇਵਾ ਕਰਨਾ ਹੀ ਖਿਦਮਤ ਖਲਕ ਨਹੀਂ। ਲੋਕ ਸਮਝਦੇ ਨੇ ਕਿ ਕੇਵਲ ਮਾਲ ਹੋਵੇ, ਮਾਲ ਨਾਲ ਸੇਵਾ ਕੀਤੀ ਜਾਵੇ ਅਤੇ ਇਹੀ ਖਿਦਮਤ ਖਲਕ ਹੈ, ਇਹੀ ਸੇਵਾ ਦੇ ਕੰਮ ਨੇ। ਅਤੇ ਕੇਵਲ ਮਾਲ ਰਾਹੀਂ ਸੇਵਾ ਕਰਨਾ ਹੀ ਖਿਦਮਤ ਖਲਕ ਨਹੀਂ, ਸਗੋਂ ਕਿਸੇ ਨੂੰ ਪਾਲਣਾ, ਕਿਸੇ ਨੂੰ ਸਿੱਖਿਆ ਦਿਵਾਉਣੀ, ਕਿਸੇ ਨੂੰ ਚੰਗਾ ਮਸ਼ਵਰਾ ਦੇਣਾ, ਕਿਸੇ ਨੂੰ ਕੋਈ ਕੰਮ ਸਿਖਾ ਦੇਣਾ, ਕਿਸੇ ਨੂੰ ਰਾਹ ਦਿਖਾ ਦੇਣਾ, ਰਸਤੇ 'ਚੋਂ ਦੁੱਖਦਾਈ ਚੀਜ਼ਾਂ ਹਟਾ ਦੇਣਾ, ਕਿਸੇ ਦੇ ਦੁੱਖ ਦਰਦ ਵਿੱਚ ਸ਼ਾਮਿਲ ਹੋਣਾ, ਕਿਸੇ ਨਾਲ ਖਿੜੇ ਮੱਥੇ ਮਿਲਣਾ ਅਤੇ ਇਹੋ ਜਿਹੀ ਕਈ ਹੋਰ ਛੋਟੇ ਛੋਟੇ ਕੰਮ ਵੀ ਖਿਦਮਤ ਖਲਕ ਅਖਵਾਉਂਦੇ ਹਨ। ਮੇਰੇ ਮਾਣਯੋਗ ਸੱਜਣੋ, ਦੀਨ ਅਤੇ ਧਰਮ ਦੇ ਦੋ ਹੀ ਹਿੱਸੇ ਹਨ, ਇੱਕ ਰੱਬ ਦੀ ਭਗਤੀ ਅਤੇ ਦੂਸਰੇ ਉਸ ਦੀ ਮਖਲੂਕ ਦੀ ਸੇਵਾ ਅਤੇ ਉਸ ਨਾਲ ਮੁਹੱਬਤ। ਇਸਲਾਮ ਵਿੱਚ ਮਾਨਵਤਾ ਦੇ ਸਤਿਕਾਰ ਅਤੇ ਰੱਬ ਦੀ ਮਖਲੂਕ ਨਾਲ ਹਮਦਰਦੀ ਅਤੇ ਗਮਖਾਰੀ ਨੂੰ ਬਹੁਤ ਹੀ ਕਦਰ ਦੀ ਨਿਗਾਹ ਨਾਲ ਵੇਖਿਆ ਗਿਆ ਹੈ। ਇਸੇ ਲਈ ਕੁਰਾਨ ਮਜੀਦ ਅਤੇ ਹਦੀਸਾਂ ਵਿੱਚ ਥਾਂ ਥਾਂ 'ਤੇ ਮਾਨਵਤਾ ਦੀ ਸੇਵਾ ਨੂੰ ਵਧੀਆ ਆਚਰਣ ਅਰਥਾਤ ਅਖਲਾਕ ਅਤੇ ਵੱਡੀ ਭਗਤੀ ਕਰਾਰ ਦਿੱਤਾ ਗਿਆ ਹੈ। ਅਤੇ ਇਸੇ ਲਈ ਕੁਰਾਨ ਮਜੀਦ ਵਿੱਚ ਇਸ ਗੱਲ ਦਾ ਬਾਰ ਬਾਰ ਵਰਣਨ ਆਉਂਦਾ ਹੈ। ਸੋ ਕੁਰਾਨ ਮਜੀਦ ਦੀਆਂ ਜਿਹੜੀਆਂ ਦੋ ਆਇਤਾਂ ਮੈਂ ਆਪਣੀ ਤਕਰੀਰ ਦੇ ਸ਼ੁਰੂ ਵਿੱਚ ਪੜ੍ਹੀਆਂ, ਉਹਨਾਂ ਦੇ ਵਿੱਚ ਵੀ ਇਸੇ ਗੱਲ ਦਾ ਵਰਣਨ ਹੈ। ਸੋ ਇਹਨਾਂ ਦਾ ਅਨੁਵਾਦ ਇਹ ਹੈ ਕਿ ਅਤੇ ਤੁਸੀਂ ਰੱਬ ਦੀ ਭਗਤੀ ਕਰੋ ਅਤੇ ਉਸ ਦੇ ਨਾਲ ਕਿਸੇ ਨੂੰ ਸ਼ਰੀਕ ਅਰਥਾਤ ਭਾਗੀਦਾਰੀ ਨਾ ਬਣਾਓ। ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨਾਲ ਵੀ ਚੰਗਾ ਸਲੂਕ ਕਰੋ ਅਤੇ ਯਤੀਮਾਂ ਅਰਥਾਤ ਅਨਾਥਾਂ ਨਾਲ ਅਤੇ ਮਸਕੀਨਾਂ ਅਰਥਾਤ ਡਿੱਗੇ ਟੱਠੇ ਲੋਕਾਂ ਨਾਲ ਵੀ ਅਤੇ ਅਜਿਹੇ ਗੁਆਂਢੀਆਂ ਨਾਲ ਵੀ ਜਿਹੜੇ ਨੇੜੇ ਦੇ ਹੋਣ ਅਤੇ ਜਿਨ੍ਹਾਂ ਗੁਆਂਢੀਆਂ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਨਾਲ ਵੀ ਅਤੇ ਅਜਿਹੇ ਲੋਕਾਂ ਨਾਲ ਵੀ ਅਹਿਸਾਨ ਦਾ ਸਲੂਕ ਕਰੋ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਹੋਣ ਅਤੇ ਅਜਿਹੇ ਲੋਕਾਂ ਨਾਲ ਵੀ ਜਿਹੜੇ ਸਫ਼ਰ ਵਿੱਚ ਤੁਹਾਡੇ ਨਾਲ ਸ਼ਾਮਿਲ ਹੋਣ ਅਤੇ ਮੁਸਾਫਰਾਂ ਨਾਲ ਅਤੇ ਉਹਨਾਂ ਸਾਰੀਆਂ ਜਾਨਦਾਰ ਚੀਜ਼ਾਂ ਨਾਲ ਜੋ ਤੁਹਾਡੇ ਕਬਜ਼ੇ ਵਿੱਚ ਹੋਣ ਅਹਿਸਾਨ ਦਾ ਅਤੇ ਚੰਗਾ ਸਲੂਕ ਕਰੋ। ਰੱਬ ਅਜਿਹੇ ਮਨੁੱਖ ਨੂੰ ਦੋਸਤ ਨਹੀਂ ਰੱਖਦਾ ਜਿਹੜਾ ਅਹੰਕਾਰੀ ਅਤੇ ਸ਼ੇਖੀਆਂ ਮਾਰਨ ਵਾਲਾ ਹੋਵੇ। ਫਿਰ ਦੂਸਰੀ ਆਇਤ ਵਿੱਚ ਅੱਲਾਹ ਤਾਲਾ ਫਰਮਾਉਂਦਾ ਹੈ ਅਤੇ ਉਹ ਅਰਥਾਤ ਰੱਬ ਦੇ ਨੇਕ ਬੰਦੇ ਖਾਣ ਦਾ ਸ਼ੌਕ ਜਾਂ ਭੁੱਖ ਰੱਖਦਿਆਂ ਹੋਇਆਂ ਵੀ ਮਿਸਕੀਨ ਅਰਥਾਤ ਡਿੱਗੇ ਟੱਠੇ ਲੋਕਾਂ ਅਤੇ ਅਨਾਥਾਂ ਅਤੇ ਕੈਦੀਆਂ ਨੂੰ ਖਾਣਾ ਖਵਾਉਂਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਕੇਵਲ ਰੱਬ ਦੀ ਰਜ਼ਾ ਦੀ ਖਾਤਰ ਖਾਣਾ ਖਵਾ ਰਹੇ ਹਾਂ। ਅਸੀਂ ਬਿਲਕੁਲ ਇਸ ਦੇ ਬਦਲੇ ਵਿੱਚ ਤੁਹਾਥੋਂ ਨਾ ਕੋਈ ਬਦਲਾ ਚਾਹੁੰਦੇ ਹਾਂ ਅਤੇ ਨਾ ਹੀ ਸ਼ੁਕਰੀਆ ਚਾਹੁੰਦੇ ਹਾਂ। ਸੋ ਗੱਲ ਕੀ ਕਿ ਕੁਰਾਨ ਮਜੀਦ ਸਾਨੂੰ ਮਖਲੂਕ ਖੁਦਾ ਦੀ ਹਮਦਰਦੀ ਵੱਲ ਖਾਸ ਤੌਰ 'ਤੇ ਤਵੱਜੋ ਦਿਵਾਉਂਦਾ ਹੈ, ਇਸ ਨੂੰ ਆਪਣੇ ਅਤੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਤਾਕੀਦ ਕਰਦਾ ਹੈ। ਇਸੇ ਪ੍ਰਕਾਰ
بانی اسلام حضرت محمد مصطفیٰ صلی اللہ علیہ وسلم اپنے خاص نمونے رہیں ہمدردی خلق ول سانو بہت پریرت کیتا ہے رب نے قرآن مجید وچ آپ جی دی مانوتا نال اتھاہ ہمدردی اتے پیار دا ورنن اس پرکار کیتا ہے کہ اے محمد کی تو لوکاں دے غم وچ اپنے آپ نو ہلاک کر لے گا سورہ شورا آیت 4 حدیث وچ آندا ہے کہ آپ جی نے فرمایا کہ جڑا منوخ کوئی بوٹا لاوے جاں کھیتی کرے اتے اس دے لائے ہوئے درخت جاں کھیت دی پیداوار چوں انسان پرندے جاں جانور کھان تا اے اس کھیت دے مالک والوں صدقہ ارتھات خیرات ہوئے گی اتے اس دا اس نو ثواب پجے گا۔ ترمذی باب الاحکام۔ پھر آپ جی نے فرمایا اللہ تعالیٰ قیامت دے دن فرمائے گا کہ اے بندیا میں بیمار سی تو میری بیمار پرسی کیوں نہیں کیتی ارتھات تو میرا حال چال کیوں نہیں پوچھیا۔ بندہ آکھے گا کہ ہے میرے ربا تو کدوں بیمار سی کہ میں تیری بیمار پرسی کردا تو تے سارے جہاناں دا پیدا کرن والا تے پالنہار ہیں۔ رب فرمائے گا کہ کی تینوں پتہ نہیں سی کہ میرا فلانا بندہ بیمار سی جے تو اس دی عیادت کردا ارتھات اس دا حال چال پوچھدا تاں تو مینوں اس دے کول پاؤندا۔ اے بندیا میں تیرے کولوں کھانا منگیا پر تو مینوں کھانا نہیں دتا۔ بندہ کہے گا کہ ہے میرے ربا میں تینوں کھانا کس پرکار کھواؤندا تو تا سارے جہاناں دا رب ہیں۔ رب فرمائے گا کہ کی تینوں چیتے نہیں کہ میرے فلانے بندے نے تیرے کولوں کھانا منگیا سی پر تو اس نوں کھانا نہیں کھوایا۔ جے کر تو اس نوں کھانا کھواندا تاں میرے کولوں اس دا بدلہ پاندا۔ پھر رب فرمائے گا اے آدم دی اولاد میں تیرے کولوں پانی منگیا تو مینوں پانی نہیں پیایا۔ اس تے بندہ کہے گا کہ ہے میرے ربا میں تینوں پانی کس پرکار پیاؤں دا جدوں کہ تو سارے جہاناں دا رب ہیں۔ اس رب فرمائے گا کہ کی تینوں یاد نہیں کہ تیرے کولوں میرے فلانے بندے نے پانی منگیا سی پر تو اس نوں پانی نہیں سی پیایا۔ جے تو اس نوں پانی پیاندا تاں تو اس دا بدلہ میرے کولوں پاؤندا۔ مسلم کتاب البر والصلہ۔ پھر بانی اسلام حضرت محمد مصطفیٰ صلی اللہ علیہ وسلم فرماؤں دے ہن کہ ایک دوجہ نال ہمدردی کرن، ایک دوجہ نال محبت کرن اتے ایک دوجہ تے رحم کرن وچ گرمکھا دی مثال ایک جسم وانگ ہے کہ جدوں جسم دے ارتھات شریر دے ایک حصے وچ درد ہوندا ہے تاں اس دے کارن سارا شریر ہی بخار دے دکھ دے وچ پیا جاندا ہے۔ صحیح مسلم۔ ایک بار آپ جی کولوں سوال کیتا گیا کہ کیڑے لوگ رب نوں زیادہ پیارے ہن تاں آپ صلی اللہ علیہ وسلم نے فرمایا رب نوں وہ لوگ بہتے پیارے ہن جڑے رب دے بندیاں نوں زیادہ لاہ پہنچاندے ہن۔ میرے سجنوں حضرت محمد مصطفیٰ صلی اللہ علیہ وسلم دے آچرن تے اخلاق کس پرکار دے سن اس بارے آپ جی دی پتنی اس پرکار بیان کردے ہن۔ فرمایا کہ جدوں آپ جی دے پہلی بانی اتری تے آپ جی گھبرا گئے اتے سارا ماجرا اپنی پتنی نوں دسیا تاں آپ جی دی پتنی حضرت خدیجت الکبریٰ رضی اللہ تعالیٰ عنہ جو نے جی نے آپ نوں ٹارس بنا دیاں
ਇਸ ਪ੍ਰਕਾਰ ਆਪ ਦੇ ਉੱਚ ਆਚਰਣਾਂ ਦਾ ਵਰਣਨ ਕੀਤਾ। ਫਰਮਾਇਆ, ਰੱਬ ਦੀ ਸਹੁੰ, ਰੱਬ ਤੁਹਾਨੂੰ ਕਦੇ ਜ਼ਾਇ ਨਹੀਂ ਕਰੇਗਾ। ਤੁਸੀਂ ਤਾਂ ਰਿਸ਼ਤੇਦਾਰਾਂ ਦੇ ਸਾਰੇ ਹੱਕ ਅਦਾ ਕਰਦੇ ਹੋ, ਗਰੀਬਾਂ ਦਾ ਭਾਰ ਚੁੱਕਦੇ ਹੋ। ਜਿਹੜੀਆਂ ਨੇਕੀਆਂ ਅਤੇ ਅਖਲਾਕ ਦੁਨੀਆ ਤੋਂ ਖਤਮ ਹੋ ਗਏ ਹਨ, ਉਹਨਾਂ ਨੂੰ ਕਾਇਮ ਕਰਨ ਵਾਲੇ ਹੋ। ਆਪ ਜੀ ਮਹਿਮਾਨ ਨਵਾਜ਼ੀ ਕਰਨ ਵਾਲੇ ਹੋ ਅਤੇ ਲੋਕਾਂ ਦੇ ਦੁੱਖਾਂ ਵਿੱਚ ਉਹਨਾਂ ਦੀ ਮਦਦ ਕਰਨ ਵਾਲੇ ਹੋ। ਮੇਰੇ ਮਾਣਯੋਗ ਸੱਜਣੋ, ਇਸ ਹਦੀਸ ਵਿੱਚ ਵੀ ਮਖਲੂਕੇ ਖੁਦਾ ਨਾਲ ਆਪ ਜੀ ਦੀ ਗਹਿਰੀ ਹਮਦਰਦੀ ਨਜ਼ਰ ਆਉਂਦੀ ਹੈ। ਮੇਰੇ ਭਰਾਓ, ਬਾਨੀਏ ਅਹਿਮਦੀਆ ਮੁਸਲਿਮ ਜਮਾਤ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਜੀ ਕਾਦੀਆਨੀ ਨੇ ਵੀ ਆਪਣੇ ਆਕਾ ਮੌਲਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਵਾਂਗ ਹਮਦਰਦੀਏ ਖਲਕ 'ਤੇ ਬੜਾ ਜ਼ੋਰ ਦਿੱਤਾ ਹੈ ਅਤੇ ਆਪਣੀ ਜਮਾਤ ਨੂੰ ਬਾਰ ਬਾਰ ਇਸ ਗੱਲ ਵੱਲ ਤਵੱਜੋ ਦਵਾਈ ਹੈ। ਆਪ ਜੀ ਨੇ ਜਮਾਤ ਵਿੱਚ ਸ਼ਾਮਿਲ ਹੋਣ ਲਈ ਜਿਹੜੀਆਂ 10 ਸ਼ਰਤਾਂ ਰੱਖੀਆਂ, ਉਹਨਾਂ ਵਿੱਚੋਂ ਚੌਥੀ ਸ਼ਰਤ ਇਹ ਹੈ ਕਿ ਰੱਬ ਦੀ ਆਮ ਮਖਲੂਕ ਅਤੇ ਖਾਸ ਕਰਕੇ ਮੁਸਲਮਾਨਾਂ ਨੂੰ ਆਪਣੇ ਨਫਸਾਨੀ ਜੋਸ਼ਾਂ ਦੇ ਨਾਲ ਕਿਸੇ ਪ੍ਰਕਾਰ ਦੀ ਕਦਾ ਕੋਈ ਦੁੱਖ ਨਹੀਂ ਪਹੁੰਚਾਏਗਾ, ਨਾ ਜ਼ਬਾਨ ਨਾਲ, ਨਾ ਹੱਥ ਨਾਲ, ਨਾ ਕਿਸੇ ਹੋਰ ਪ੍ਰਕਾਰ ਨਾਲ। ਅਤੇ ਨੌਵੀਂ ਸ਼ਰਤ ਇਹ ਹੈ ਕਿ ਰੱਬ ਦੀ ਸਾਰੀ ਮਖਲੂਕ ਦੀ ਹਮਦਰਦੀ ਵਿੱਚ ਕੇਵਲ ਰੱਬ ਦੀ ਰਜ਼ਾ ਦੀ ਖਾਤਰ ਲੱਗਾ ਰਹੇਗਾ ਅਤੇ ਜਿੱਥੋਂ ਤੱਕ ਵੱਸ ਚੱਲ ਸਕਦਾ ਹੈ ਰੱਬ ਵੱਲੋਂ ਉਸਨੂੰ ਬਖਸ਼ੀਆਂ ਤਾਕਤਾਂ ਅਤੇ ਨਿਯਮਤਾਂ ਰਾਹੀਂ ਮਨੁੱਖ ਜਾਤੀ ਨੂੰ ਫਾਇਦਾ ਪਹੁੰਚਾਏਗਾ। ਇਸ਼ਤਿਹਾਰ ਤਕਮੀਲੇ ਤਬਲੀਗ 12 ਜਨਵਰੀ ਸਨ 1899। ਬਾਨੀ ਅਹਿਮਦੀਆ ਮੁਸਲਿਮ ਜਮਾਤ ਫਰਮਾਉਂਦੇ ਹਨ ਕਿ ਦੀਨ ਅਰਥਾਤ ਧਰਮ ਦੇ ਦੋ ਹੀ ਹਿੱਸੇ ਹਨ, ਇੱਕ ਰੱਬ ਨਾਲ ਮੁਹੱਬਤ ਕਰਨਾ ਅਤੇ ਦੂਜੇ ਮਨੁੱਖ ਜਾਤੀ ਨਾਲ ਅਜਿਹੀ ਹਮਦਰਦੀ ਕਰਨਾ ਕਿ ਉਹਨਾਂ ਦੇ ਦੁੱਖ ਅਤੇ ਮੁਸੀਬਤ ਨੂੰ ਆਪਣੀ ਮੁਸੀਬਤ ਸਮਝ ਲੈਣਾ ਅਤੇ ਉਹਨਾਂ ਲਈ ਦੁਆ ਕਰਨੀ। ਨਸੀਮੇ ਦਾਵਤ ਰੂਹਾਨੀ ਖਜ਼ਾਇਨ ਜਿਲਦ 19 ਪੰਨਾ 464। ਫਿਰ ਆਪ ਜੀ ਫਰਮਾਉਂਦੇ ਹਨ, ਉਹ ਧਰਮ ਧਰਮ ਨਹੀਂ ਜਿਸ ਵਿੱਚ ਆਮ ਹਮਦਰਦੀ ਦੀ ਸਿੱਖਿਆ ਨਹੀਂ ਅਤੇ ਨਾ ਉਹ ਇਨਸਾਨ ਇਨਸਾਨ ਹੈ ਜਿਸ ਵਿੱਚ ਹਮਦਰਦੀ ਦਾ ਮਾਦਾ ਨਹੀਂ। ਸਾਡੇ ਰੱਬ ਨੇ ਕਿਸੇ ਕੌਮ ਨਾਲ ਫਰਕ ਨਹੀਂ ਕੀਤਾ। ਰੂਹਾਨੀ ਖਜ਼ਾਇਨ ਜਿਲਦ 23 ਪੰਨਾ 439। ਫਿਰ ਫਰਮਾਇਆ ਕਿ ਤੁਸੀਂ ਜੋ ਮੇਰੇ ਨਾਲ ਸੰਬੰਧ ਰੱਖਦੇ ਹੋ, ਆਪਣੀ ਜਮਾਤ ਨੂੰ ਨਸੀਹਤ ਕਰਦੇ ਹੋਏ ਫਰਮਾ ਰਹੇ ਹਨ ਕਿ ਤੁਸੀਂ ਜੋ ਮੇਰੇ ਨਾਲ ਸੰਬੰਧ ਰੱਖਦੇ ਹੋ, ਚੇਤੇ ਰੱਖੋ ਕਿ ਤੁਸੀਂ ਹਰ ਮਨੁੱਖ ਨਾਲ ਭਾਵੇਂ ਉਹ ਕਿਸੇ ਧਰਮ ਦਾ ਹੋਵੇ ਹਮਦਰਦੀ ਕਰੋ ਅਤੇ ਬਿਨਾਂ ਭੇਦਭਾਵ ਦੇ ਨੇਕੀ ਕਰੋ, ਕਿਉਂਕਿ ਇਹ ਕੁਰਾਨ ਮਜੀਦ ਦੀ ਸਿੱਖਿਆ ਹੈ। ਮਲਫੂਜ਼ਾਤ ਜਿਲ 4 ਪੰਨਾ 219। ਫਿਰ ਆਪ ਜੀ ਫਰਮਾਉਂਦੇ ਹਨ, ਮੇਰੀ ਤਾਂ ਇਹ ਹਾਲਤ ਹੈ ਕਿ ਜੇਕਰ ਕਿਸੇ ਨੂੰ ਦਰਦ ਹੁੰਦਾ ਹੋਵੇ ਅਤੇ ਮੈਂ ਨਮਾਜ਼ ਪੜ੍ਹ ਰਿਹਾ ਹੋਵਾਂ ਅਤੇ ਮੇਰੇ ਕੰਨ ਵਿੱਚ ਉਸ ਦੀ ਆਵਾਜ਼ ਪੁੱਜ ਜਾਵੇ, ਤਾਂ ਮੈਂ ਚਾਹੁੰਦਾ ਹਾਂ ਕਿ ਨਮਾਜ਼ ਤੋੜ ਕੇ ਵੀ ਜੇਕਰ ਉਸ ਨੂੰ ਫਾਇਦਾ ਪਹੁੰਚਾ ਸਕਦਾ ਹੋਵਾਂ ਤਾਂ ਪਹੁੰਚਾਵਾਂ। ਇਹ ਗੱਲ ਅਖਲਾਕ ਅਰਥਾਤ ਆਚਰਣ ਦੇ ਵਿਰੁੱਧ ਹੈ ਕਿ ਕਿਸੇ ਭਰਾ ਦੀ ਮੁਸੀਬਤ ਅਤੇ ਦੁੱਖ ਵਿੱਚ ਉਸ ਦਾ ਸਾਥ ਨਾ ਦਿੱਤਾ ਜਾਵੇ। ਜੇਕਰ ਤੁਸੀਂ ਉਸ ਲਈ ਕੁਝ ਵੀ ਨਹੀਂ ਕਰ ਸਕਦੇ, ਹਜ਼ੂਰ ਫਰਮਾਉਂਦੇ ਹਨ, ਜੇਕਰ ਤੁਸੀਂ ਉਸ ਲਈ ਕੁਝ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸ ਲਈ ਦੁਆ ਹੀ ਕਰੋ, ਆਪਣੇ ਤਾਂ ਇੱਕ ਪਾਸੇ ਰਹੇ। ਮੈਂ ਤਾਂ ਕਹਿੰਦਾ ਹਾਂ ਕਿ ਗੈਰਾਂ ਅਤੇ ਹਿੰਦੂਆਂ ਦੇ ਨਾਲ ਵੀ ਅਜਿਹੇ ਉੱਚੇ ਆਚਰਣ ਦਾ ਨਮੂਨਾ ਵਿਖਾਓ ਅਤੇ ਉਹਨਾਂ ਨਾਲ ਵੀ ਹਮਦਰਦੀ ਕਰੋ। ਲਾਪਰਵਾਹੀ ਬਿਲਕੁਲ ਨਹੀਂ ਕਰਨੀ ਚਾਹੀਦੀ।
ਮਲਫੂਜ਼ਾਤ ਜਿਲ 4 ਪੰਨਾ 82-83। ਇੱਕ ਹੋਰ ਥਾਂ 'ਤੇ ਆਪ ਜੀ ਫਰਮਾਉਂਦੇ ਹਨ, ਮਨੁੱਖ ਜਾਤੀ 'ਤੇ ਰਹਿਮ ਅਤੇ ਉਸ ਨਾਲ ਹਮਦਰਦੀ ਕਰਨਾ ਬਹੁਤ ਵੱਡੀ ਭਗਤੀ ਹੈ ਅਤੇ ਰੱਬ ਦੀ ਰਜ਼ਾ ਹਾਸਿਲ ਕਰਨ ਲਈ ਇਹ ਇੱਕ ਬਹੁਤ ਵੱਡਾ ਜ਼ਰੀਆ ਹੈ। ਪਰ ਮੈਂ ਵੇਖਦਾ ਹਾਂ ਕਿ ਇਸ ਪੱਖੋਂ ਬੜੀ ਕਮਜ਼ੋਰੀ ਜ਼ਾਹਿਰ ਕੀਤੀ ਜਾਂਦੀ ਹੈ, ਦੂਜਿਆਂ ਨੂੰ ਤੁੱਛ ਅਤੇ ਹਕੀਰ ਸਮਝਿਆ ਜਾਂਦਾ ਹੈ, ਉਹਨਾਂ 'ਤੇ ਠੱਠੇ ਕੀਤੇ ਜਾਂਦੇ ਹਨ। ਉਹਨਾਂ ਦਾ ਹਾਲ ਚਾਲ ਪੁੱਛਣਾ ਅਤੇ ਮੁਸੀਬਤ ਅਤੇ ਮੁਸ਼ਕਿਲ ਵਿੱਚ ਮਦਦ ਕਰਨੀ ਤਾਂ ਬਹੁਤ ਵੱਡੀ ਗੱਲ ਹੈ। ਜਿਹੜੇ ਲੋਕ ਗਰੀਬਾਂ ਨਾਲ ਚੰਗਾ ਸਲੂਕ ਨਹੀਂ ਕਰਦੇ, ਸਗੋਂ ਉਹਨਾਂ ਨੂੰ ਤੁੱਛ ਅਤੇ ਹਕੀਰ ਸਮਝਦੇ ਹਨ, ਮੈਨੂੰ ਡਰ ਹੈ ਕਿ ਉਹ ਆਪ ਕਿਤੇ ਇਸ ਮੁਸੀਬਤ ਵਿੱਚ ਨਾ ਪੈ ਜਾਣ। ਰੱਬ ਨੇ ਜਿਨ੍ਹਾਂ 'ਤੇ ਮਿਹਰ ਕੀਤੀ ਹੈ, ਇਸ 'ਤੇ ਉਸ ਦੀ ਸ਼ੁਕਰਗੁਜ਼ਾਰੀ ਇਹੋ ਹੈ ਕਿ ਉਸ ਦੀ ਮਖਲੂਕ ਨਾਲ ਹਮਦਰਦੀ ਅਤੇ ਅਹਿਸਾਨ ਦਾ ਸਲੂਕ ਕੀਤਾ ਜਾਵੇ ਅਤੇ ਅਹੰਕਾਰ ਅਤੇ ਤਕੱਬਰ ਨਾ ਕੀਤਾ ਜਾਵੇ। ਮਲਫੂਜ਼ਾਤ ਹਿੱਸਾ 4 ਪੰਨਾ 439। ਫਿਰ ਆਪ ਜੀ ਇੱਕ ਹੋਰ ਥਾਂ 'ਤੇ ਫਰਮਾਉਂਦੇ ਹਨ ਕਿ ਯਾਦ ਰੱਖੋ, ਹਮਦਰਦੀ ਦਾ ਦਾਇਰਾ ਮੇਰੇ ਨਜ਼ਦੀਕ ਬਹੁਤ ਵੱਡਾ ਹੈ। ਤੁਸੀਂ ਰੱਬ ਦੀ ਸਾਰੀ ਮਖਲੂਕ ਨਾਲ ਹਮਦਰਦੀ ਕਰੋ, ਭਾਵੇਂ ਉਹ ਕੋਈ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਕੋਈ ਹੋਰ। ਮੈਂ ਕਦੇ ਵੀ ਅਜੇ ਮਨੁੱਖ ਦੀਆਂ ਗੱਲਾਂ ਨੂੰ ਪਸੰਦ ਨਹੀਂ ਕਰਦਾ ਜਿਹੜਾ ਕੇਵਲ ਆਪਣੀ ਹੀ ਕੌਮ ਨਾਲ ਹਮਦਰਦੀ ਕਰਦਾ ਹੈ। ਮਲਫੂਜ਼ਾਤ ਹਿੱਸਾ 4 ਪੰਨਾ 184। ਬਾਨੀ ਅਹਿਮਦੀਆ ਮੁਸਲਿਮ ਜਮਾਤ ਦੇ ਵੀ ਮਖਲੂਕੇ ਖੁਦਾ ਨਾਲ ਹਮਦਰਦੀ ਦੇ ਬੇਅੰਤ ਵਾਕਿਆਤ ਹਨ, ਜਿਨ੍ਹਾਂ ਵਿੱਚੋਂ ਕੇਵਲ ਇੱਕ ਦੋ ਦਾ ਵਰਣਨ ਕਰਦਾ ਹਾਂ। ਆਪ ਜੀ ਦੇ ਇੱਕ ਮੁਰੀਦ ਹਜ਼ਰਤ ਮੌਲਵੀ ਅਬਦੁਲ ਕਰੀਮ ਸਾਹਿਬ ਸਿਆਲਕੋਟੀ ਲਿਖਦੇ ਹਨ ਕਿ ਕਈ ਵਾਰ ਦਵਾਈ ਲੈਣ ਲਈ ਗਵਾਰ ਅਰਥਾਤ ਪੇਂਡੂ ਅਤੇ ਅਨਪੜ੍ਹ ਔਰਤਾਂ ਜ਼ੋਰ ਜ਼ੋਰ ਨਾਲ ਹਜ਼ਰਤ ਸਾਹਿਬ ਦੇ ਬੂਹੇ ਨੂੰ ਖੜਕਾਉਂਦੀਆਂ ਅਤੇ ਆਪਣੇ ਸਾਦੇ ਅੰਦਾਜ਼ ਵਿੱਚ ਕਹਿੰਦੀਆਂ ਕਿ ਮਿਰਜ਼ਾ ਜੀ ਜ਼ਰਾ ਬੂਹਾ ਖੋਲ੍ਹੋ। ਹਜ਼ੂਰ ਇਸ 'ਤੇ ਇਸ ਪ੍ਰਕਾਰ ਉੱਠਦੇ ਜਿਵੇਂ ਕਿ ਕਿਸੇ ਬਹੁਤ ਵੱਡੀ ਸ਼ਾਨ ਵਾਲੇ ਹਾਕਮ ਦਾ ਹੁਕਮ ਆਇਆ ਹੋਵੇ ਅਤੇ ਉਸ ਦੀ ਆਗਿਆਕਾਰੀ ਕੀਤੀ ਜਾਵੇ। ਆਪ ਜੀ ਫੌਰਨ ਉੱਠਦੇ ਅਤੇ ਉਹਨਾਂ ਗਰੀਬ ਲੋਕਾਂ ਨਾਲ ਖਿੜੇ ਮੱਥੇ ਮਿਲਦੇ ਅਤੇ ਗੱਲਾਂ ਕਰਦੇ ਅਤੇ ਦਵਾਈਆਂ ਦਿੰਦੇ। ਫਿਰ ਕੇਵਲ ਇਨਸਾਨਾਂ ਨਾਲ ਹੀ ਨਹੀਂ ਸਗੋਂ ਬਾਕੀ ਮਖਲੂਕ ਲਈ ਵੀ ਆਪ ਜੀ ਦੇ ਦਿਲ ਵਿੱਚ ਰਹਿਮ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਹਜ਼ਰਤ ਮਿਰਜ਼ਾ ਬਸ਼ੀਰ ਅਹਿਮਦ ਸਾਹਿਬ ਲਿਖਦੇ ਹਨ ਕਿ ਇੱਕ ਵਾਰ ਮੀਆਂ ਸਾਹਿਬ ਅਰਥਾਤ ਮੀਆਂ ਬਸ਼ੀਰਉਦੀਨ ਮਹਿਮੂਦ ਅਹਿਮਦ ਸਾਹਿਬ, ਜਿਹੜੇ ਜਮਾਤ ਦੇ ਦੂਜੇ ਇਮਾਮ ਬਾਅਦ ਵਿੱਚ ਬਣੇ, ਅਜੇ ਬੱਚੇ ਹੀ ਸਨ, ਬਰਾਂਡੇ ਦੇ ਬੂਹੇ ਬੰਦ ਕਰਕੇ ਚਿੜੀਆਂ ਫੜ ਰਹੇ ਸਨ। ਤਾਂ ਹਜ਼ਰਤ ਸਾਹਿਬ ਨੇ ਜੁਮੇ ਦੀ ਨਮਾਜ਼ ਲਈ ਬਾਹਰ ਜਾਂਦੇ ਹੋਏ ਉਹਨਾਂ ਨੂੰ ਦੇਖ ਲਿਆ ਅਤੇ ਫਰਮਾਇਆ ਕਿ ਮੀਆਂ ਘਰ ਦੀਆਂ ਚਿੜੀਆਂ ਨਹੀਂ ਫੜਿਆ ਕਰਦੇ, ਜਿਸ ਵਿੱਚ ਰਹਿਮ ਨਹੀਂ ਉਸ ਵਿੱਚ ਈਮਾਨ ਨਹੀਂ। ਸੀਰਤੁਲ ਮਹਿਦੀ ਹਿੱਸਾ 1 ਪੰਨਾ 176। ਸੋ ਗੱਲ ਕੀ ਕਿ ਜਿੱਥੇ ਆਪ ਜੀ ਨੇ ਚਿੜੀਆਂ 'ਤੇ ਰਹਿਮ ਫਰਮਾਇਆ, ਉੱਥੇ ਬੱਚਿਆਂ ਨੂੰ ਵੀ ਨਸੀਹਤ ਕੀਤੀ ਕਿ ਜੇਕਰ ਆਪਣੇ ਈਮਾਨ ਨੂੰ ਕਾਇਮ ਰੱਖਣਾ ਹੈ ਤਾਂ ਦਿਲ ਵਿੱਚ ਰਹਿਮ ਦਾ ਜਜ਼ਬਾ ਪੈਦਾ ਕਰੋ। ਮੇਰੇ ਸੱਜਣੋ, ਆਪਣਿਆਂ ਅਤੇ ਦੂਜਿਆਂ ਨਾਲ ਹਮਦਰਦੀ ਕਰਨਾ ਜਿੰਨਾ ਵੱਡਾ ਖੁਲਕ ਅਰਥਾਤ ਨੇਕੀ ਹੈ, ਇਸ ਤੋਂ ਕਈ ਗੁਣਾ ਵੱਡੀ ਨੇਕੀ ਦੁਸ਼ਮਣਾਂ ਨਾਲ ਹਮਦਰਦੀ ਕਰਨਾ ਹੈ। ਹਰ ਬੰਦਾ ਇਹ ਕੰਮ ਨਹੀਂ ਕਰ ਸਕਦਾ। ਕੁਰਾਨ ਮਜੀਦ ਵਿੱਚ ਇਸ ਬਾਰੇ ਰੱਬ ਦਾ ਇਹ ਫਰਮਾਨ ਦਰਜ ਹੈ ਕਿ ਨਾ ਅੱਛਾਈ ਬੁਰਾਈ ਦੇ ਬਰਾਬਰ ਹੋ ਸਕਦੀ ਹੈ ਅਤੇ ਨਾ ਬੁਰਾਈ ਅੱਛਾਈ ਜਿਹੀ। ਅਜਿਹੀ ਚੀਜ਼ਾਂ ਨਾਲ ਆਪਣਾ ਬਚਾਅ ਕਰੋ ਜੋ ਚੰਗੀਆਂ ਹੋਣ,
ਤਦ ਅਜਿਹਾ ਮਨੁੱਖ ਜਿਸ ਦੇ ਤੇਰੇ ਦਰ ਜਿਸ ਦੇ ਅਤੇ ਤੇਰੇ ਦਰਮਿਆਨ ਦੁਸ਼ਮਣੀ ਸੀ ਉਹ ਅਚਾਨਕ ਤੇਰਾ ਚੰਗਾ ਸੱਜਣ ਬਣ ਜਾਵੇਗਾ। ਅਰਥਾਤ ਦੁਸ਼ਮਣ ਨਾਲ ਵੀ ਚੰਗਾ ਸਲੂਕ ਕਰੋ ਤਾਂ ਉਹ ਤੁਹਾਡਾ ਸੱਜਣ ਬਣ ਜਾਵੇਗਾ। ਇਸਲਾਮ ਦੀ ਸਿੱਖਿਆ ਅਨੁਸਾਰ ਜਦੋਂ ਅਸੀਂ ਬਾਨੀ ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ ਨਮੂਨਾ ਵੇਖਦੇ ਹਾਂ ਤਾਂ ਉਹ ਬੜਾ ਹੀ ਬੇਮਿਸਾਲ ਹੈ। ਆਪ ਜੀ ਨੇ ਆਪਣੇ ਦੁਸ਼ਮਣਾਂ ਨਾਲ ਉਹ ਵਧੀਆ ਨਮੂਨਾ ਪੇਸ਼ ਕੀਤਾ ਕਿ ਜਿਸ ਦੀ ਕੋਈ ਮਿਸਾਲ ਕਿਤੇ ਨਜ਼ਰ ਨਹੀਂ ਆਉਂਦੀ। ਆਪ ਜੀ ਨੇ ਜਦੋਂ ਨਬੀ ਹੋਣ ਦਾ ਦਾਅਵਾ ਕੀਤਾ ਅਤੇ ਐਲਾਨ ਕੀਤਾ ਕਿ ਤੁਹਾਡਾ ਰੱਬ ਇੱਕ ਹੈ ਅਤੇ ਉਸੇ ਦੀ ਭਗਤੀ ਕਰੋ ਤਾਂ ਕੀ ਆਪ ਜੀ ਦੇ ਆਪਣੇ ਅਤੇ ਕੀ ਪਰਾਏ ਜਿਹੜੇ ਆਪ ਜੀ ਨੂੰ ਸੱਚਾ ਅਤੇ ਅਮਾਨਤਦਾਰ ਕਹਿੰਦੇ ਸੀ ਅਤੇ ਆਪ ਜੀ ਦੀਆਂ ਤਾਰੀਫਾਂ ਕਰਦੇ ਕਰਦੇ ਉਹਨਾਂ ਦੇ ਮੂੰਹ ਨਹੀਂ ਸਨ ਥੱਕਦੇ, ਇੱਕਦਮ ਆਪ ਜੀ ਦੇ ਵੈਰੀ ਅਤੇ ਦੁਸ਼ਮਣ ਹੋ ਗਏ ਅਤੇ 13 ਸਾਲ ਮੱਕੇ ਵਿੱਚ ਆਪ ਜੀ 'ਤੇ ਉਹ ਜ਼ੁਲਮ ਟਾਏ ਕਿ ਜਿਸ ਨੂੰ ਪੜ੍ਹ ਕੇ ਇਨਸਾਨ ਦਾ ਲੂੰ ਕੰਡਾ ਖਲੋ ਜਾਂਦਾ ਹੈ। ਆਖਿਰਕਾਰ ਆਪ ਜੀ ਨੇ ਮੱਕਾ ਛੱਡ ਦਿੱਤਾ ਅਤੇ ਮਦੀਨੇ ਚਲੇ ਗਏ। ਉੱਥੇ ਵੀ ਉਹ ਵੈਰੀ ਚੜ੍ਹ ਆਏ ਅਤੇ ਆਪ ਜੀ ਨਾਲ ਕਈ ਜੰਗਾਂ ਕੀਤੀਆਂ ਜਿਸ ਵਿੱਚ ਆਪ ਜੀ ਦੇ ਕਈ ਪਿਆਰੇ ਸ਼ਹੀਦ ਹੋ ਗਏ। ਆਪ ਜੀ ਵੀ ਕਈ ਵਾਰ ਜ਼ਖਮੀ ਹੋ ਗਏ। ਦੁਸ਼ਮਣਾਂ ਨੇ ਆਪ ਜੀ ਨੂੰ ਇੰਨਾ ਲਹੂ ਲੁਹਾਨ ਕੀਤਾ ਕਿ ਆਪਣੇ ਵੱਲੋਂ ਤਾਂ ਉਹ ਵੈਰੀ ਸਮਝਦਾ ਸੀ ਕਿ ਅਸੀਂ ਆਪ ਜੀ ਨੂੰ ਮਾਰ ਮੁਕਾਇਆ, ਪਰ ਜਦੋਂ ਆਪ ਜੀ ਨੂੰ ਮਦੀਨਾ ਦੇ ਬਹੁਤੇ ਲੋਕਾਂ ਨੇ ਮੰਨ ਲਿਆ ਅਤੇ ਆਪ ਮਦੀਨਾ ਦੇ ਬਾਦਸ਼ਾਹ ਬਣ ਗਏ ਤਾਂ ਆਪ ਜੀ 10,000 ਸਾਥੀਆਂ ਨਾਲ ਇੱਕ ਬਾਦਸ਼ਾਹ ਵਾਂਗ ਮਦੀਨੇ ਤੋਂ ਮੱਕੇ ਪਹੁੰਚ ਗਏ। ਉਸ ਵੇਲੇ ਉਹ ਦੁਸ਼ਮਣ ਜਿਨ੍ਹਾਂ ਨੇ ਆਪ ਜੀ 'ਤੇ ਅਤੇ ਆਪ ਜੀ ਦੇ ਮੰਨਣ ਵਾਲਿਆਂ 'ਤੇ ਬੇਅੰਤ ਜ਼ੁਲਮ ਕੀਤੇ ਸੀ ਬਹੁਤ ਡਰ ਰਹੇ ਸਨ, ਪਤਾ ਨਹੀਂ ਕਿ ਮੁਹੰਮਦ ਸਾਡੇ ਨਾਲ ਹੁਣ ਕੀ ਸਲੂਕ ਕਰੇਗਾ ਅਤੇ ਗਿਣ ਕੇ ਸਾਡੇ ਜ਼ੁਲਮਾਂ ਦਾ ਬਦਲਾ ਲਵੇਗਾ। ਪਰ ਆਪ ਜੀ ਨੇ ਉਹਨਾਂ ਜ਼ਾਲਮਾਂ ਨੂੰ ਇੱਕ ਐਲਾਨ ਰਾਹੀਂ ਮੁਆਫ਼ ਫਰਮਾ ਦਿੱਤਾ ਅਤੇ ਫਰਮਾਇਆ ਕਿ ਜਾਓ ਤੁਸੀਂ ਸਾਰੇ ਆਜ਼ਾਦ ਹੋ, ਮੈਂ ਤੁਹਾਡੇ ਕੋਲੋਂ ਪੁੱਛਦਾ ਵੀ ਨਹੀਂ ਕਿ ਤੁਸੀਂ ਮੇਰੇ ਨਾਲ ਕੀ ਸਲੂਕ ਕੀਤਾ ਸੀ। ਮੇਰੇ ਸੱਜਣੋ, ਮਦੀਨਾ ਦੇ ਲੋਕਾਂ ਨੇ ਤੇ ਆਪ ਨੂੰ ਆਪਣਾ ਬਾਦਸ਼ਾਹ ਮੰਨ ਲਿਆ ਸੀ, ਪਰ ਆਪ ਜੀ ਜਦੋਂ ਮਦੀਨੇ ਦਾਖਲ ਹੋਏ ਤੇ ਆਪ ਦੀ ਹਾਲਤ ਸੀ ਕਿ ਸ਼ੁਕਰਾਨੇ ਵਜੋਂ ਅਤੇ ਖੁਦਾ ਦੀ ਹਜ਼ੂਰੀ ਵਿੱਚ ਆਪ ਦਾ ਸਿਰ ਚੁੱਕਦਾ ਊਠਣੀ ਤੇ ਕੁਜਾਵੇ ਤੇ ਜਾ ਲੱਗਿਆ। ਮੇਰੇ ਸੱਜਣੋ, ਇਸ ਵਾਕਿਆ ਵਿੱਚ ਆਪ ਜੀ ਦੀ ਮਾਨਵਤਾ ਨਾਲ ਅਥਾਹ ਹਮਦਰਦੀ ਤੇ ਪਿਆਰ ਨਜ਼ਰ ਆਉਂਦਾ ਹੈ। ਇਸ ਪ੍ਰਕਾਰ ਦੇ ਕਈ ਵਾਕਿਆਤ ਅਤੇ ਘਟਨਾਵਾਂ ਆਪ ਜੀ ਦੇ ਜੀਵਨ ਵਿੱਚ ਹੋਈਆਂ ਕਿ ਆਪ ਜੀ ਨੇ ਦੁਸ਼ਮਣ 'ਤੇ ਕਾਬੂ ਪਾਉਣ ਤੋਂ ਬਾਅਦ ਉਸ ਨੂੰ ਮਾਫ਼ ਕਰ ਦਿੱਤਾ। ਇੱਕ ਵਾਰ ਆਪ ਜੀ ਪ੍ਰਚਾਰ ਲਈ ਮੱਕੇ ਦੇ ਲਾਗੇ ਦੀ ਬਸਤੀ ਤਾਇਫ ਗਏ। ਉੱਥੇ ਦੇ ਲੋਕ ਬਜਾਏ ਇਸ ਦੇ ਕਿ ਆਪ ਜੀ ਦੀ ਗੱਲ ਸੁਣਦੇ ਅਤੇ ਆਪ ਜੀ ਦਾ ਮਾਣ ਅਤੇ ਸਤਿਕਾਰ ਕਰਦੇ, ਉੱਥੇ ਦੇ ਸਰਦਾਰਾਂ ਨੇ ਆਪ ਜੀ ਨੂੰ ਗਾਲਾਂ ਕੱਢੀਆਂ ਅਤੇ ਮਾਰਨਾ ਸ਼ੁਰੂ ਕਰ ਦਿੱਤਾ। ਆਪ ਜੀ ਉੱਥੋਂ ਆਰਾਮ ਨਾਲ ਵਾਪਸ ਜਾਣ ਲੱਗੇ, ਪਰ ਉੱਥੇ ਦੇ ਵੱਡੇ ਵੱਡੇ ਲੋਕਾਂ ਨੇ
ਗਲੀਆਂ ਦੇ ਆਵਾਰਾ ਮੁੰਡੇ ਆਪ ਜੀ ਦੇ ਮਗਰ ਲਾ ਦਿੱਤੇ, ਜਿਹੜੇ ਝੋਲੀਆਂ ਵਿੱਚ ਪੱਥਰ ਭਰ ਭਰ ਕੇ ਆਪ ਜੀ 'ਤੇ ਵਰਾਉਂਦੇ ਸੀ। ਆਪ ਜੀ ਲਹੂ ਲੁਹਾਨ ਹੋ ਗਏ, ਇੱਥੋਂ ਤੱਕ ਕਿ ਆਪ ਜੀ ਦੇ ਸਿਰ ਤੋਂ ਲਹੂ ਵਗਦਾ ਸੀ ਅਤੇ ਪੈਰ ਤੱਕ ਜਾਂਦਾ ਸੀ। ਆਪ ਜੀ ਦੀਆਂ ਜੁੱਤੀਆਂ ਲਹੂ ਨਾਲ ਭਰ ਗਈਆਂ ਅਤੇ ਤਾਇਫ ਤੋਂ ਬਾਹਰ ਨਿਕਲ ਕੇ ਇੱਕ ਪੱਥਰ 'ਤੇ ਆਪ ਜੀ ਬਹਿ ਗਏ। ਉਸ ਵੇਲੇ ਆਪ ਜੀ 'ਤੇ ਬਾਣੀ ਉਤਰੀ ਅਤੇ ਪਹਾੜਾਂ ਦਾ ਫਰਿਸ਼ਤਾ ਨਾਜ਼ਲ ਹੋਇਆ। ਉਸਨੇ ਆ ਕਿਹਾ ਕਿ ਐ ਮੁਹੰਮਦ, ਇਹਨਾਂ ਲੋਕਾਂ ਨੇ ਤੇਰੇ 'ਤੇ ਬੜਾ ਜ਼ੁਲਮ ਕੀਤਾ ਹੈ, ਜੇ ਆਗਿਆ ਹੋਵੇ ਤਾਂ ਇਹਨਾਂ ਦੋਵਾਂ ਪਹਾੜਾਂ ਨੂੰ ਜਿਸ ਦੇ ਵਿੱਚ ਇਹ ਬਸਤੀ ਆਬਾਦ ਹੈ ਬਸਤੀ 'ਤੇ ਸੁੱਟ ਦੇਵਾਂ ਅਤੇ ਇਹਨਾਂ ਲੋਕਾਂ ਨੂੰ ਮਸਲ ਕੇ ਰੱਖ ਦੇਵਾਂ। ਤਾਂ ਆਪ ਜੀ ਨੇ ਉਹਨਾਂ ਲੋਕਾਂ 'ਤੇ ਰਹਿਮ ਕਰਦੇ ਹੋਏ ਫਰਮਾਇਆ ਕਿ ਨਹੀਂ ਨਹੀਂ, ਇਹ ਲੋਕ ਨਾ ਸਮਝ ਹਨ, ਮੈਨੂੰ ਪਛਾਣਦੇ ਨਹੀਂ। ਇੱਕ ਵੇਲਾ ਆਏਗਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਮੇਰੇ 'ਤੇ ਇਮਾਨ ਲਿਆਉਣਗੇ ਅਤੇ ਰੱਬ ਵਾਲੇ ਬਣ ਜਾਣਗੇ। ਇਸ ਘਟਨਾ ਵਿੱਚ ਆਪ ਜੀ ਦਾ ਮਨੁੱਖ ਜਾਤੀ ਨਾਲ ਅਥਾਹ ਪਿਆਰ ਅਤੇ ਹਮਦਰਦੀ ਨਜ਼ਰ ਆਉਂਦੀ ਹੈ। ਆਪ ਜੀ ਨੇ ਆਪਣੇ ਜਾਨ ਦੇ ਦੁਸ਼ਮਣਾਂ ਨੂੰ ਨਾ ਕੇਵਲ ਮਾਫ਼ ਕਰ ਦਿੱਤਾ, ਸਗੋਂ ਉਹਨਾਂ ਲਈ ਦੁਆ ਕੀਤੀ। ਤਾਰੀਖ ਵਿੱਚ ਆਉਂਦਾ ਹੈ ਕਿ ਉਹ ਦੀ ਜੰਗ ਤੋਂ ਬਾਅਦ ਮੱਕਾ ਵਿੱਚ ਬੜਾ ਸਖ਼ਤ ਕਹਿਰ ਅਤੇ ਭੁੱਖਮਰੀ ਪੈ ਗਈ ਅਤੇ ਮੱਕਾ ਵਾਲੇ ਅਤੇ ਖਾਸ ਕਰਕੇ ਗਰੀਬ ਲੋਕ ਬੜੇ ਦੁੱਖ ਵਿੱਚ ਪੈ ਗਏ। ਇਹ ਉਹਦ ਦੀ ਜੰਗ ਉਹ ਹੈ ਕਿ ਜਿਹਦੇ ਵਿੱਚ ਬਹੁਤ ਸਾਰੇ 70 ਤੋਂ ਵੱਧ ਲੋਕ ਆਪ ਦੇ ਪਿਆਰੇ ਆਪਣੇ ਸਾਥੀ ਜਿਹੜੇ ਸਨ ਸ਼ਹੀਦ ਹੋਏ ਸਨ, ਔਰ ਬਹੁਤ ਸਾਰੇ ਆਪ ਦੇ ਆਪਣੇ ਰਿਸ਼ਤੇਦਾਰ ਵੀ ਸ਼ਹੀਦ ਹੋ ਗਏ ਸਨ। ਅਤੇ ਫਰਮਾਇਆ ਤਾਰੀਖ ਵਿੱਚ ਆਉਂਦਾ ਹੈ ਕਿ ਉਹਦ ਦੀ ਜੰਗ ਤੋਂ ਬਾਅਦ ਮੱਕਾ ਵਿੱਚ ਬੜਾ ਸਖ਼ਤ ਕਹਿਰ ਅਤੇ ਭੁੱਖਮਰੀ ਪੈ ਗਈ। ਮੱਕਾ ਵਾਲੇ ਅਤੇ ਖਾਸ ਕਰ ਗਰੀਬ ਲੋਕ ਬੜੇ ਦੁੱਖ ਵਿੱਚ ਪੈ ਗਏ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਇਸ ਗੱਲ ਦਾ ਇਲਮ ਹੋਇਆ ਤਾਂ ਆਪ ਜੀ ਨੇ ਮਖਲੂਕ ਖੁਦਾ ਨਾਲ ਹਮਦਰਦੀ ਕਰਦੇ ਹੋਏ ਉੱਥੇ ਦੇ ਲੋਕਾਂ ਲਈ ਕੁਝ ਖਾਣ ਪੀਣ ਦੀਆਂ ਵਸਤਾਂ ਅਤੇ ਚਾਂਦੀ ਭਿਜਵਾਈ ਤਾਂ ਜੋ ਉਹ ਉਸ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰ ਲੈਣ, ਅਤੇ ਇਸ ਗੱਲ ਦਾ ਸਬੂਤ ਦਿੱਤਾ ਕਿ ਆਪ ਜੀ ਦੇ ਦਿਲ ਵਿੱਚ ਆਪਣੇ ਕਰੜੇ ਦੁਸ਼ਮਣਾਂ ਲਈ ਵੀ ਅਥਾਹ ਹਮਦਰਦੀ ਅਤੇ ਪਿਆਰ ਹੈ। ਮੇਰੇ ਸੱਜਣੋ, ਤਾਰੀਖ ਵਿੱਚ ਇਸ ਪ੍ਰਕਾਰ ਦੇ ਕਈ ਵਾਕਿਆਤ ਆਉਂਦੇ ਹਨ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਨਾ ਕੇਵਲ ਆਪਣਿਆਂ ਨਾਲ ਸਗੋਂ ਦੁਸ਼ਮਣਾਂ ਨਾਲ ਵੀ ਬੇਅੰਤ ਹਮਦਰਦੀ ਕੀਤੀ। ਇਹ ਗੱਲ ਦਰਸਾਉਂਦੀ ਹੈ ਕਿ ਆਪ ਜੀ ਦੇ ਦਿਲ ਵਿੱਚ ਮਖਲੂਕ ਖੁਦਾ ਦੀ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਸੀ। ਮੇਰੇ ਮਾਣਯੋਗ ਸੱਜਣੋ, ਸਾਡੇ ਇਸ ਦੌਰ ਵਿੱਚ ਵੀ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਜੀ ਨੇ ਆਪਣੇ ਆਕਾ ਮੌਲਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਹਮਦਰਦੀ ਏ ਖਲਕ ਦਾ ਉਹ ਨਮੂਨਾ ਪੇਸ਼ ਕੀਤਾ ਕਿ ਜਿਸ ਦੀ ਮਿਸਾਲ ਇਸ ਦੌਰ ਵਿੱਚ ਮਿਲਣਾ ਮੁਸ਼ਕਲ ਹੈ। ਆਪ ਦੇ ਦਿਲ ਵਿੱਚ ਨਾ ਕੇਵਲ ਆਪਣਿਆਂ ਲਈ ਸਗੋਂ ਦੁਸ਼ਮਣਾਂ ਲਈ ਵੀ ਬੇਅੰਤ ਹਮਦਰਦੀ ਪਾਈ ਜਾਂਦੀ ਸੀ। ਆਪ ਜੀ ਆਪਣੀ ਜਮਾਤ ਨੂੰ ਨਸੀਹਤ ਕਰਦੇ ਹੋਏ ਫਰਮਾਉਂਦੇ ਹਨ, ਗਾਲੀਆਂ ਸੁਣ ਕੇ ਦੁਆ ਦਿਓ, ਪਾ ਕੇ ਦੁੱਖ ਆਰਾਮ ਦਿਓ, ਕਿਬਰ ਕੀ ਆਦਤ ਜੋ ਦੇਖੋ ਤੁਮ ਦਿਖਾਓ ਇਨਕਸਾਰ। ਅਰਥਾਤ ਗਾਲਾਂ, ਜੇ ਕੋਈ ਗਾਲਾਂ ਕੱਢਦਾ ਹੈ ਤਾਂ ਉਸਨੂੰ ਦੁਆਵਾਂ ਦਿਓ, ਜੇ ਕੋਈ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਉਹਨੂੰ ਆਰਾਮ ਪਹੁੰਚਾਓ, ਜੇ ਕੋਈ ਹੰਕਾਰ ਕਰਦਾ ਹੈ ਤਾਂ ਤੁਸੀਂ ਅੱਗੋਂ ਨਿਮਰਤਾ ਨਾਲ ਆਪਣਾ ਸਿਰ ਚੁਕਾ ਦਿਓ। ਫਿਰ ਹਜ਼ੂਰ ਫਰਮਾਉਂਦੇ ਹਨ, ਉਸ ਦੇ ਬੰਦਿਆਂ 'ਤੇ ਰਹਿਮ ਕਰੋ ਅਤੇ ਉਹਨਾਂ 'ਤੇ ਜ਼ਬਾਨ ਨਾਲ ਜਾਂ ਹੱਥ ਨਾਲ ਜਾਂ ਕਿਸੇ ਹੋਰ ਢੰਗ ਨਾਲ ਜ਼ੁਲਮ ਨਾ ਕਰੋ। ਫਰਮਾਇਆ, ਉਸ ਦੇ ਬੰਦਿਆਂ 'ਤੇ ਰਹਿਮ ਕਰੋ
ਅਤੇ ਉਹਨਾਂ 'ਤੇ ਜ਼ਬਾਨ ਨਾਲ ਜਾਂ ਹੱਥ ਨਾਲ ਜਾਂ ਕਿਸੇ ਹੋਰ ਢੰਗ ਨਾਲ ਜ਼ੁਲਮ ਨਾ ਕਰੋ ਅਤੇ ਮਖਲੂਕ ਦੀ ਭਲਾਈ ਲਈ ਕੋਸ਼ਿਸ਼ ਕਰਦੇ ਰਹੋ ਅਤੇ ਕਿਸੇ 'ਤੇ ਅਹੰਕਾਰ ਅਰਥਾਤ ਤਕੱਬਰ ਨਾ ਕਰੋ ਭਾਵੇਂ ਉਹ ਤੁਹਾਡਾ ਮਤਾਹਿਤ ਹੀ ਹੋਵੇ ਅਤੇ ਕਿਸੇ ਨੂੰ ਗਾਲ ਨਾ ਕੱਢੋ ਭਾਵੇਂ ਉਹ ਗਾਲ ਕੱਢਦਾ ਹੋਵੇ। ਗਰੀਬ ਹਲੀਮ ਅਰਥਾਤ ਨਰਮ ਦਿਲ ਅਤੇ ਨੇਕ ਨੀਅਤ ਅਤੇ ਮਖਲੂਕ ਦੇ ਹਮਦਰਦ ਬਣ ਜਾਓ ਤਾਂ ਜੋ ਰੱਬ ਦੀ ਦਰਗਾਹ ਵਿੱਚ ਕਬੂਲ ਕੀਤੇ ਜਾਓ। ਵੱਡੇ ਹੋ ਕੇ ਛੋਟਿਆਂ 'ਤੇ ਰਹਿਮ ਕਰੋ, ਨਾ ਕਿ ਉਹਨਾਂ ਦਾ ਅਪਮਾਨ, ਅਤੇ ਵਿਦਵਾਨ ਹੋ ਕੇ ਨਾ ਸਮਝਾਂ ਨੂੰ ਨਸੀਹਤ ਕਰੋ, ਨਾ ਆਪਣੇ ਬੜੱਪਣ ਨਾਲ ਉਹਨਾਂ ਦੀ ਨਿੰਦਿਆ, ਅਤੇ ਅਮੀਰ ਹੋ ਕੇ ਗਰੀਬਾਂ ਦੀ ਸੇਵਾ ਕਰੋ, ਨਾ ਕਿ ਆਪਣੀ ਵਡਿਆਈ ਨਾਲ ਉਹਨਾਂ 'ਤੇ ਹੰਕਾਰ। ਹਲਾਕਤ ਦੀ ਰਾਹਾਂ 'ਚੋਂ ਬੱਤੋਂ ਬਚੋ। ਕਿਸ਼ਤੀ ਨੂਰ ਰੂਹਾਨੀ ਖਜ਼ਾਇਨ ਜਿਲਦੁਨੀ ਪੰਨਾ 11-12। ਮੇਰੇ ਸੱਜਣੋ, ਆਪ ਜੀ ਦੇ ਦਿਲ ਵਿੱਚ ਵੀ ਮਖਲੂਕ ਏ ਖੁਦਾ ਦੀ ਹਮਦਰਦੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਅਤੇ ਇਸ ਦਾ ਪ੍ਰਗਟਾਵਾ ਆਪ ਜੀ ਦੇ ਜੀਵਨ ਵਿੱਚ ਕਈ ਥਾਂ ਹੁੰਦਾ ਹੈ। ਕੇਵਲ ਇੱਕ ਨਮੂਨਾ ਪੇਸ਼ ਕਰਦਾ ਹਾਂ। ਜਿਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਤਾਉਣ ਦਾ ਦੌਰ ਦੌਰਾ ਸੀ ਅਤੇ ਬੇਸ਼ੁਮਾਰ ਲੋਕ ਇਸ ਜਾਨਲੇਵਾ ਬਿਮਾਰੀ ਤੋਂ ਮਰ ਰਹੇ ਸਨ, ਉਸ ਵੇਲੇ ਮਾਨਵਤਾ ਨਾਲ ਹਮਦਰਦੀ ਦੀ ਵਜ੍ਹਾ ਨਾਲ ਆਪ ਜੀ ਦੀ ਕੀ ਹਾਲਤ ਸੀ? ਇਸ ਬਾਰੇ ਆਪ ਜੀ ਦੇ ਇੱਕ ਮੁਰੀਦ ਹਜ਼ਰਤ ਮੌਲਵੀ ਅਬਦੁਲ ਕਰੀਮ ਸਾਹਿਬ ਸਿਆਲਕੋਟੀ ਫਰਮਾਉਂਦੇ ਹਨ ਕਿ ਉਹਨਾਂ ਨੇ ਤਾਉਣ ਦੇ ਦਿਨਾਂ ਵਿੱਚ ਆਪ ਜੀ ਨੂੰ ਵੱਖਰੀਆਂ ਦੁਆ ਕਰਦੇ ਵੇਖਿਆ ਅਤੇ ਵੇਖ ਕੇ ਆਪ ਹੈਰਾਨ ਰਹਿ ਗਏ ਕਿ ਹਜ਼ੂਰ ਦੇ ਦਿਲ ਵਿੱਚ ਮਾਨਵਤਾ ਲਈ ਕਿੰਨੀ ਹਮਦਰਦੀ ਅਤੇ ਪਿਆਰ ਹੈ। ਮੌਲੀ ਸਾਹਿਬ ਫਰਮਾਉਂਦੇ ਹਨ, ਇਸ ਦੁਆ ਵਿੱਚ ਆਪ ਜੀ ਦੀ ਆਵਾਜ਼ ਵਿੱਚ ਇੰਨਾ ਜੋਸ਼ ਅਤੇ ਸੋਜਿਸ਼ ਸੀ ਕਿ ਸੁਣਨ ਵਾਲਿਆਂ ਦਾ ਪਿੱਤਾ ਪਾਣੀ ਹੁੰਦਾ ਸੀ ਅਤੇ ਆਪ ਰੱਬ ਦੇ ਹਜ਼ੂਰ ਇਸ ਪ੍ਰਕਾਰ ਗਿੜਗਿੜਾ ਰਹੇ ਸਨ ਕਿ ਜਿਵੇਂ ਕੋਈ ਜਨਾਨੀ ਦਰਦੇ ਜ਼ਿਹ ਅਰਥਾਤ ਬੱਚਾ ਪੈਦਾ ਹੋਣ ਵੇਲੇ ਦੀ ਦਰਦ ਤੋਂ ਬੇਚੈਨ ਹੋਵੇ। ਮੈਂ ਗੌਰ ਨਾਲ ਆਪ ਜੀ ਦੀ ਆਵਾਜ਼ ਦੁਆ ਨੂੰ ਸੁਣਿਆ ਤਾਂ ਆਪ ਜੀ ਰੱਬ ਦੀ ਮਖਲੂਕ ਲਈ ਤਾਉਣ ਦੇ ਅਜ਼ਾਬ ਤੋਂ ਬਚਣ ਲਈ ਦੁਆ ਕਰ ਰਹੇ ਸਨ ਕਿ ਹੇ ਰੱਬਾ, ਜੇ ਲੋਕ ਤਾਉਣ ਦੇ ਅਜ਼ਾਬ ਨਾਲ ਹਲਾਕ ਹੋ ਗਏ ਤਾਂ ਫਿਰ ਤੇਰੀ ਭਗਤੀ ਕੌਣ ਕਰੇਗਾ? ਹੇ ਰੱਬਾ, ਤੂੰ ਇਹਨਾਂ ਨੂੰ ਇਸ ਅਜ਼ਾਬ ਤੋਂ ਬਚਾ ਲੈ। ਸੀਰਤ ਤਈਬਾ ਪੰਨਾ 54। ਸੋ ਅੱਜ ਜਮਾਤ ਅਹਿਮਦੀਆ ਬਾਨੀ ਅਹਿਮਦੀਆ ਮੁਸਲਿਮ ਜਮਾਤ ਦੀ ਸਿੱਖਿਆ ਅਨੁਸਾਰ ਮਖਲੂਕ ਖੁਦਾ ਦੀ ਸੇਵਾ ਦੇ ਕੰਮ ਸਾਰੇ ਸੰਸਾਰ ਵਿੱਚ ਕਰ ਰਹੀ ਹੈ ਅਤੇ ਇਸ ਸੇਵਾ ਨੂੰ ਜਮਾਤ ਆਪਣਾ ਫਰਜ਼ ਸਮਝਦੀ ਹੈ। ਇਸ ਵੇਲੇ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਸੰਸਾਰ ਭਰ ਵਿੱਚ ਨੁਸਰਤ ਜਹਾਂ ਸਕੀਮ ਦੇ ਹੇਠ 40 ਤੋਂ ਵੱਧ ਵੱਡੇ ਵੱਡੇ ਹਸਪਤਾਲ ਮਖਲੂਕ ਖੁਦਾ ਦੀ ਸੇਵਾ ਲਈ ਚੱਲ ਰਹੇ ਹਨ। ਇਹਨਾਂ 'ਚੋਂ ਬਹੁਤੇ ਹਸਪਤਾਲ ਅਫਰੀਕਨ ਮੁਲਕਾਂ ਵਿੱਚ ਹਨ। ਇਸ ਤੋਂ ਇਲਾਵਾ ਸੈਂਕੜੇ ਫ੍ਰੀ ਹੋਮਿਓਪੈਥਿਕ ਡਿਸਪੈਂਸਰੀਆਂ ਹਨ ਜਿਸ ਦੇ ਜ਼ਰੀਆ ਲੱਖਾਂ ਗਰੀਬ ਲੋਕਾਂ ਦਾ ਮੁਫਤ ਇਲਾਜ ਹੋ ਰਿਹਾ ਹੈ। ਫਿਰ ਨੁਸਰਤ ਜਹਾਂ ਸਕੀਮ ਦੇ ਹੇਠਾਂ ਹੀ ਸਾਰੇ ਸੰਸਾਰ ਵਿੱਚ ਜਮਾਤ ਦੇ ਸੈਂਕੜੇ ਸਕੂਲ ਅਤੇ ਕਾਲਜ ਚੱਲ ਰਹੇ ਹਨ ਜਿਸ ਦੇ ਜ਼ਰੀਆ ਲੱਖਾਂ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸੇ ਪ੍ਰਕਾਰ ਬੱਚਿਆਂ ਵਿੱਚ ਸਿੱਖਿਆ ਦਾ ਸ਼ੌਕ ਪੈਦਾ ਕਰਨ ਲਈ ਸਾਰੇ ਸੰਸਾਰ ਵਿੱਚ ਬੱਚਿਆਂ ਨੂੰ ਸਕਾਲਰਸ਼ਿਪ ਅਤੇ ਗੋਲਡ ਮੈਡਲ ਦਿੱਤੇ ਜਾਂਦੇ ਹਨ ਅਤੇ ਲੱਖਾਂ ਗਰੀਬ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਵਜ਼ੀਫੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿੱਚ ਬੇਸ਼ੁਮਾਰ ਗਰੀਬ ਅਤੇ ਵਿਧਵਾ ਔਰਤਾਂ ਨੂੰ ਵਜ਼ੀਫੇ ਅਤੇ ਗਰੀਬ ਅਤੇ ਬੇਸਹਾਰਾ ਬੱਚਿਆਂ ਦੀ ਸ਼ਾਦੀ ਦੇ ਮੌਕੇ 'ਤੇ ਮਦਦ ਕੀਤੀ ਜਾਂਦੀ ਹੈ। ਸੋ ਗੱਲ ਕੀ ਕਿ ਜਮਾਤ ਦੇ ਜ਼ਰੀਆ ਵੱਖ ਵੱਖ ਤਰੀਕਿਆਂ ਨਾਲ ਮਖਲੂਕ ਖੁਦਾ ਦੀ ਸੇਵਾ ਦੇ ਕੰਮ ਹੋ ਰਹੇ ਹਨ। ਫਿਰ ਜਮਾਤ ਅਹਿਮਦੀਆ ਦੇ ਚੌਥੇ ਇਮਾਮ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਜੀ ਨੇ 1995 ਵਿੱਚ ਹਿਊਮੈਨਿਟੀ ਫਸਟ ਦੇ ਨਾਂ ਨਾਲ ਇੱਕ ਇਦਾਰੇ ਦੀ ਸ਼ੁਰੂਆਤ ਕੀਤੀ ਜਿਸ ਦੇ ਜ਼ਰੀਆ ਬਗੈਰ ਕਿਸੇ ਭੇਦਭਾਵ ਦੇ
ਦੁਖੀ ਮਾਨਵਤਾ ਦੀ ਸੇਵਾ ਦੇ ਕੰਮ ਚੱਲ ਰਿਹਾ ਹੈ ਅਤੇ ਭਾਵੇਂ ਕਿਤੇ ਵੀ ਕੋਈ ਆਪਦਾ ਹੋਵੇ ਇਹ ਜਥੇਬੰਦੀ ਵੱਧ ਚੜ੍ਹ ਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਲੈਂਦੀ ਹੈ। ਰੱਬ ਦੀ ਮਿਹਰ ਨਾਲ ਇਸ ਵੇਲੇ ਹਿਊਮੈਨਿਟੀ ਫਸਟ ਦੀਆਂ ਸ਼ਾਖਾਵਾਂ ਸੰਸਾਰ ਦੇ 50 ਤੋਂ ਵੱਧ ਮੁਲਕਾਂ ਵਿੱਚ ਕਾਇਮ ਹੋ ਚੁੱਕੀਆਂ ਹਨ ਅਤੇ ਆਪਣੇ ਇਮਾਨ ਦੀ ਨਿਗਰਾਨੀ ਵਿੱਚ ਇਹ ਜਥੇਬੰਦੀ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਧਰਮ ਅਤੇ ਜਾਤ ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸੇਵਾ ਦੇ ਕੰਮ ਕਰ ਰਹੀ ਹੈ। ਮੇਰੇ ਸੱਜਣੋਂ, ਜਮਾਤ ਦੇ ਨੌਜਵਾਨਾਂ ਦੀ ਜਥੇਬੰਦੀ ਖੁਦਾਮੁਲ ਅਹਿਮਦੀਆ ਨੂੰ ਜਮਾਤ ਅਹਿਮਦੀਆ ਦੇ ਦੂਜੇ ਇਮਾਮ ਨੇ 15 ਅਪ੍ਰੈਲ 1938 ਵਿੱਚ ਮੁਖਾਤਿਬ ਕਰਦੇ ਹੋਏ ਫਰਮਾਇਆ ਕਿ ਸੇਵਾ ਦੇ ਕੰਮਾਂ ਵਿੱਚ ਜਿੱਥੋਂ ਤੱਕ ਹੋ ਸਕੇ ਫੈਲਾਅ ਪੈਦਾ ਕਰਨਾ ਚਾਹੀਦਾ ਹੈ ਅਤੇ ਧਰਮ ਅਤੇ ਕੌਮ ਦੀ ਹੱਦਬੰਦੀ ਤੋਂ ਉੱਤੇ ਉੱਠ ਕੇ ਹਰ ਦੁਖੀ ਦੇ ਦੁੱਖ ਨੂੰ ਦੂਰ ਕਰਨਾ ਚਾਹੀਦਾ ਹੈ। ਭਾਵੇਂ ਉਹ ਹਿੰਦੂ ਹੋਵੇ ਜਾਂ ਈਸਾਈ ਜਾਂ ਸਿੱਖ, ਸਾਡਾ ਰੱਬ ਰੱਬੁਲ ਆਲਮੀਨ ਅਰਥਾਤ ਸਾਰੇ ਜਹਾਨਾਂ ਦਾ ਰੱਬ ਹੈ। ਜਿਸ ਪ੍ਰਕਾਰ ਉਸਨੇ ਸਾਨੂੰ ਪੈਦਾ ਕੀਤਾ ਹੈ, ਇਸੇ ਪ੍ਰਕਾਰ ਉਸਨੇ ਹਿੰਦੂਆਂ, ਸਿੱਖਾਂ ਅਤੇ ਈਸਾਈਆਂ ਨੂੰ ਵੀ ਪੈਦਾ ਕੀਤਾ ਹੈ। ਸੋ ਜੇਕਰ ਰੱਬ ਸਾਨੂੰ ਸਮਰਥਾ ਬਖਸ਼ੇ, ਯਾਨੀ ਤੌਫੀਕ ਬਖਸ਼ੇ, ਤਾਂ ਸਾਨੂੰ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਅਲ ਫਜ਼ਲ 22 ਅਪ੍ਰੈਲ 1938। ਮੇਰੇ ਪਿਆਰੇ ਭਰਾਓ, ਅਹਿਮਦੀਆ ਮੁਸਲਿਮ ਜਮਾਤ ਦੇ ਮੌਜੂਦਾ ਵਿਸ਼ਵ ਵਿਆਪੀ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਇੱਕ ਮੌਕੇ ਜਮਾਤ ਨੂੰ ਮੁਖਾਤਬ ਕਰਦੇ ਹੋਏ ਫਰਮਾਉਂਦੇ ਹਨ ਕਿ ਕੇਵਲ ਭਗਤੀ ਕਰਨਾ ਤਕਵਾ ਨਹੀਂ, ਕਿ ਭਗਤੀ ਕਰ ਲਈ ਸਮਝੀਏ ਕਿ ਇਹੀ ਸੰਜਮਤਾ ਹੈ, ਇਹ ਤਕਵਾ ਹੈ। ਫਰਮਾਇਆ ਕੇਵਲ ਭਗਤੀ ਕਰਨਾ ਤਕਵਾ ਨਹੀਂ, ਕੇਵਲ ਜਮਾਤ ਦੀ ਸੇਵਾ ਕਰ ਦੇਣਾ ਸੰਜਮਤਾ ਨਹੀਂ, ਕੇਵਲ ਅੱਲਾਹ ਅਤੇ ਉਸ ਦੇ ਰਸੂਲ ਨਾਲ ਮੁਹੱਬਤ ਕਰਨਾ ਹੀ ਸੰਜਮਤਾ ਨਹੀਂ, ਕੇਵਲ ਬਾਨੀ ਜਮਾਤ ਅਹਿਮਦੀਆ ਜਾਂ ਜਮਾਤ ਦੇ ਖਲੀਫਿਆਂ ਨਾਲ ਸੰਬੰਧ ਹੀ ਸੰਜਮਤਾ ਨਹੀਂ, ਸਗੋਂ ਸੰਜਮਤਾ ਅਤੇ ਤਕਵਾ ਤਦ ਕਾਮਿਲ ਹੁੰਦਾ ਹੈ ਜਦੋਂ ਮਾਨਵਤਾ ਦੇ ਵੀ ਹੱਕ ਅਦਾ ਹੋ ਰਹੇ ਹੋਣ, ਜਦੋਂ ਮਾਨਵਤਾ ਦੇ ਵੀ ਹੱਕ ਅਦਾ ਹੋ ਰਹੇ ਹੋਣ, ਜਦੋਂ ਪਤਨੀ ਅਤੇ ਬੱਚਿਆਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਜਦੋਂ ਪਤੀ ਅਤੇ ਬੱਚਿਆਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਜਦੋਂ ਰਿਸ਼ਤੇਦਾਰਾਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਜਦੋਂ ਦੋਸਤਾਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਜਦੋਂ ਗੁਆਂਢੀਆਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਜਦੋਂ ਭੈਣਾਂ ਅਤੇ ਭਰਾਵਾਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਇੱਥੋਂ ਤੱਕ ਕਿ ਦੁਸ਼ਮਣਾਂ ਦੇ ਹੱਕ ਵੀ ਅਦਾ ਹੋ ਰਹੇ ਹੋਣ, ਤਦ ਤਕਵਾ ਅਰਥਾਤ ਸੰਜਮਤਾ ਮੁਕੰਮਲ ਹੁੰਦੀ ਹੈ ਅਤੇ ਇਹੋ ਕੁਰਾਨ ਮਜੀਦ ਦੀ ਸਿੱਖਿਆ ਹੈ। ਮੇਰੇ ਸੱਜਣੋਂ, ਜਮਾਤ ਅਹਿਮਦੀਆ ਆਪਣੇ ਇਮਾਮ ਦੀ ਨਿਗਰਾਨੀ ਵਿੱਚ ਸਾਰੇ ਸੰਸਾਰ ਵਿੱਚ ਮਖਲੂਕੇ ਖੁਦਾ ਦੀ ਸੇਵਾ ਵਿੱਚ ਰੁੱਝੀ ਹੋਈ ਹੈ ਅਤੇ ਕੁਰਾਨ ਕਰੀਮ ਦੀ ਸਿੱਖਿਆ ਅਨੁਸਾਰ ਜਮਾਤ ਇਹ ਕੰਮ ਨਾ ਕਿਸੇ ਨੂੰ ਖੁਸ਼ ਕਰਨ ਲਈ ਅਤੇ ਨਾ ਵਿਖਾਵੇ ਲਈ, ਸਗੋਂ ਕੇਵਲ ਰੱਬ ਦੀ ਰਜ਼ਾ ਲਈ ਕਰਦੀ ਹੈ ਅਤੇ ਇਹੀ ਸਿੱਖਿਆ ਕੁਰਾਨ ਮਜੀਦ ਦੀ ਹੈ। ਜਮਾਤ ਅਹਿਮਦੀਆ ਦੇ ਮੌਜੂਦਾ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਫਰਮਾਉਂਦੇ ਹਨ, ਇਹ ਜਮਾਤ ਅਹਿਮਦੀਆ ਦੀ ਹੀ ਖੂਬੀ ਹੈ ਕਿ ਜਿੰਨੀ ਉਸਦੀ ਸਮਰੱਥਾ ਹੈ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਵੱਖਰੇ ਵੱਖਰੇ ਵੀ ਅਤੇ ਜਮਾਤ ਦੇ ਲੋਕ ਸੇਵਾ ਕਰਦੇ ਹਨ ਅਤੇ ਜਮਾਤ ਜਮਾਤੀ ਤੌਰ 'ਤੇ ਵੀ ਸੇਵਾ ਕਰਦੀ ਹੈ। ਸੋ ਜਮਾਤ ਅਹਿਮਦੀਆ ਨੂੰ ਜਿੰਨੀ ਤੌਫੀਕ ਹੈ ਲੋਕਾਂ ਦੀ ਭੁੱਖ ਮਿਟਾਉਣ ਦੀ, ਗਰੀਬਾਂ ਦੇ ਇਲਾਜ ਦੀ, ਸਿੱਖਿਆ ਦੀ ਇਮਦਾਦ ਦੀ, ਗਰੀਬਾਂ ਦੀ ਸ਼ਾਦੀਆਂ ਦੀ, ਜਮਾਤੀ ਨਿਜ਼ਾਮ ਦੇ ਹੇਠ ਸੇਵਾ ਦੇ ਕੰਮਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਬੈਤ ਦੇ ਅਹਿਦ ਨੂੰ ਪੂਰਾ ਕਰ ਰਹੀ ਹੈ। ਸ਼ੁਰੂ 'ਚ ਬੈਤ ਦੀ ਮੈਂ ਸ਼ਰਤ ਦੱਸੀ ਸੀ ਕਿ ਮਖਲੂਕੇ ਖੁਦਾ ਦੀ ਸੇਵਾ ਵਿੱਚ ਲੱਗਾ ਰਹੇਗਾ ਅਤੇ ਹਜ਼ੂਰ ਇਹ ਫਰਮਾ ਰਹੇ ਨੇ ਕਿ ਜਮਾਤੀ ਨਿਜ਼ਾਮ ਦੇ ਹੇਠ ਸੇਵਾ ਦੇ ਕੰਮਾਂ ਵਿੱਚ ਸ਼ਾਮਿਲ ਹੋ ਕੇ ਆਪਣੀ ਬੈਤ ਦੇ ਅਹਿਦ ਅਰਥਾਤ ਪ੍ਰਣ ਨੂੰ ਪੂਰਾ ਕਰ ਰਹੀ ਹੈ।
ਅਤੇ ਕਰਨਾ ਚਾਹੀਦਾ ਹੈ। ਰੱਬ ਕਰੇ ਕਿ ਸਾਨੂੰ ਵੱਧ ਤੋਂ ਵੱਧ ਮਖਲੂਕ ਖੁਦਾ ਦੀ ਸੇਵਾ ਕਰਨ ਦੀ ਤੌਫੀਕ ਮਿਲੇ, ਤਾਂ ਜੋ ਸਾਡਾ ਰੱਬ ਸਾਡੇ ਨਾਲ ਰਾਜ਼ੀ ਹੋ ਜਾਵੇ ਅਤੇ ਸਾਡਾ ਇਹ ਸੰਸਾਰ ਵੀ ਅਤੇ ਉਹ ਸੰਸਾਰ ਵੀ ਸਵਰ ਜਾਵੇ। ਆਮੀਨ ਅੱਲਾਹੁਮਾ ਆਮੀਨ ਬਿਰਹਿਮਤਿਕਾ ਯਾ ਅਰਹਮੁਰ ਰਾਹਿਮੀਨ ਵਾਖਿਰੁ ਦਾਵਾਨਾ ਅਨਿਲ ਹਮਦੁਲਿਲਾਹਿ ਰੱਬਿਲ ਆਲਮੀਨ।